ਉੱਪਰ ਉਹਨੂੰ ਰਿਜੈਕਟ ਕਰੀ ਜਾਂਦੇ ਹੋ, ਕਹਿੰਦੇ ਭਗਤ ਸਿੰਘ ਰਿਜੈਕਟ, ਕਰਤਾਰ ਸਿੰਘ ਸਾਹਿਬਾ ਰਿਜੈਕਟ, ਲਾਲਾ ਲਾਜਪਤ ਰਾਏ ਰਿਜੈਕਟ, ਮਾਈ ਭਾਗੋ ਰਿਜੈਕਟ। ਤੁਸੀਂ ਕੌਣ ਹੁੰਦੇ ਹੋ ਯਾਰ ਉਹਨਾਂ ਨੂੰ ਰਿਜੈਕਟ ਕਰਨ ਵਾਲੇ? ਉਹਨਾਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਅਤੇ ਤੁਸੀਂ ਸਾਨੂੰ ਰਿਜੈਕਟ ਕਰੀ ਜਾਂਦੇ ਹੋ, ਸਾਡੇ ਬਿਨਾਂ ਮਨਾ ਲਓਗੇ ਫਿਰ? ਆ ਹੁਣ ਕਿਸਾਨਾਂ ਦੀਆਂ ਚੱਲ ਰਹੀ ਆ, ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ, ਮੈਂ ਕੇਂਦਰ ਵਾਲਿਆਂ ਨੂੰ ਬੁਲਾਇਆ ਨਾ ਗੱਲ ਕਰੋ, ਗੱਲ ਕਰੋ। ਗੱਲਬਾਤ ਹੋਈ, ਕਈ ਘੰਟੇ ਹੋਈ, ਕਈ ਮੰਗਾਂ 'ਤੇ ਸਹਿਮਤੀ ਬਣ ਗਈ, ਕਈ ਤਾਂ ਨਹੀਂ ਬਣੀ। ਹੁਣ ਕੀ ਕਰ ਰਿਹਾ ਉਹ? ਕਹਿੰਦੇ ਵੀ ਅਸੀਂ, ਮੈਂ ਕਿਹਾ ਹੋਰ ਗੱਲ ਕਰ ਲਓ ਨਾ, ਅਗਲੀ ਵਾਰ ਫੇਰ ਆ ਜਾਓ, ਕੱਲ੍ਹ ਨੂੰ ਆ ਜਾਓ, ਬਹਿ ਜਾਓ, ਗੱਲ ਕਰ ਲਓ ਨਾ। ਹਰਿਆਣੇ 'ਚ ਕੀ ਕਰ ਰਹੇ ਆ? ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ, ਉੱਥੇ ਐਡੇ ਐਡੇ ਕਿੱਲ ਲਾ ਰਹੇ ਨੇ, ਪੱਤੀਆਂ ਤਾਰਾਂ, ਕੰਡਿਆਲੀਆਂ ਤਾਰਾਂ। ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲਓ, ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲਓ। ਤੁਸੀਂ ਇੰਡੀਆ ਅਤੇ ਪੰਜਾਬ ਦਾ ਬਾਰਡਰ ਨਾ ਬਣਾਓ। ਬਾਰਡਰ ਬਣਾਤਾ ਹੁਣ, ਉਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ, ਉਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ। ਤੁਸੀਂ ਕੀ ਸਮਝਦੇ ਹੋ ਸਾਨੂੰ? ਚੌਲਾਂ ਵੇਲੇ ਕਿੱਥੇ ਜਾਓਗੇ, ਕਣਕ ਵੇਲੇ ਕਿੱਥੇ ਜਾਓਗੇ? ਉਦੋਂ ਬਾਰਡਰ ਖੁੱਲ੍ਹ ਜਾਂਦੇ ਆ ਨਾ, ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ, ਸਪੈਸ਼ਲ ਜਿਹੜੀਆਂ ਹੁੰਦੀਆਂ ਨੇ। ਅਸੀਂ ਤੁਹਾਨੂੰ ਰੋਟੀ ਦਿੰਦੇ ਹਾਂ, ਅਸੀਂ ਤੁਹਾਡਾ ਢਿੱਡ ਭਰਦੇ ਹਾਂ, ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ, ਸਾਨੂੰ ਆਪਦਾ ਹਿੱਸਾ ਮੰਨੋ। ਅਸੀਂ ਇੱਥੇ ਖੜ੍ਹੇ ਹਾਂ ਬਾਰਡਰ 'ਤੇ, ਸਾਡੇ ਮੁੰਡੇ ਖੜ੍ਹੇ ਨੇ, ਕੋਈ ਗੋਲੀ ਆਵੇ ਇੱਧਰ ਨੂੰ, ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ, ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ। ਬਾਅਦ 'ਚ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ, ਕਹਿੰਦੇ ਅਗਨੀਵੀਰ ਸੀ, ਸਲਾਮੀ ਨਹੀਂ ਦੇਣੀ। ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ, ਇੰਨਾ ਸਾਡੇ ਨਾਲ ਆਡਾ ਨਾ ਲਾਓ, ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ, ਇੰਨੀ ਨਫ਼ਰਤ ਨਾ ਕਰੋ। ਮੈਂ ਤਾਂ ਇਸ ਲੈਵਲ 'ਤੇ ਸੋਚੀ ਬੈਠਾ, ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ, ਅਰਵਿੰਦ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ, ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ, ਪਤਾ ਨਹੀਂ ਕਿਹਦੇ ਕਿਹਦੇ ਥਰੂ, ਇਹਨਾਂ ਦਾ ਬੱਸ ਚੱਲੇ, ਜਨ ਗਣ ਮਨ 'ਚੋਂ ਪੰਜਾਬ ਕੱਢ ਦੇਣਗੇ ਇਹ, ਕਿ ਜਨ ਗਣ ਮਨ 'ਚ ਪੰਜਾਬ ਆਉਂਦਾ ਯਾਰ, ਇਹਨੂੰ ਕੱਢ ਦਿਓ। ਇੱਕ ਬਿੱਲ ਹੀ ਪਾਸ ਕਰਨਾ, ਹਾਂ ਵਾਲੇ ਹਾਂ ਕਹੋ, ਨਾ ਵਾਲੇ ਨਾ ਕਹੋ, ਹਾਂ ਵਾਲੇ ਕੀ ਜੀਤ ਹੋਈ, ਹਾਂ ਵਾਲੇ ਕੀ ਜੀਤ ਹੋਈ, ਚਲੋ 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 ਚਲੋ। ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ, ਆਹ ਵੋਟ ਆਮ ਆਦਮੀ ਪਾਰਟੀ ਦੇ, ਘੱਟ ਬੀਜੇਪੀ ਦੇ ਨੇ, ਇੱਧਰ ਧਰ ਦਿਓ, ਉਹ ਵੀ ਆਮ ਆਦਮੀ ਪਾਰਟੀ ਦੇ, ਬੀਜੇਪੀ ਵਾਲੇ ਪਾਸੇ ਧਰ ਦਿਓ, ਕੈਮਰੇ ਵੱਲ ਵੀ ਦੇਖ ਲਓ ਨਾਲੇ, ਸੁਪਰੀਮ ਕੋਰਟ ਨੇ ਦੱਸਤਾ, ਐਂ ਕਰਦੇ ਆ ਯਾਰ। ਇਹ ਵੋਟਾਂ ਹੀ ਇੰਨੀਆਂ ਪਾਓ ਕਿ ਇੱਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ। ਵੋਟ ਜਿਵੇਂ ਤੁਸੀਂ 22 'ਚ ਪਾਈਆਂ ਨੇ, 70-70 ਹਜ਼ਾਰ ਤਾਂ ਜਿੱਤੇ ਸਾਡੇ ਵਿਧਾਨ ਸਭਾ 'ਚ, 70-70 ਹਜ਼ਾਰ ਦੀ ਜਿੱਤ, ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ।